ਇਹ ਜਿਹੜੇ ਪੰਜਾਬ ਦੀ ਦੁਸ਼ਮਣ ਪਾਰਟੀ ਆ ਜਿਨ੍ਹਾਂ ਨੇ ਪੰਜਾਬ ਦਾ ਹਰ ਵੇਲੇ ਵਿਤਕਾ ਕੀਤਾ, ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ, ਜਿਨ੍ਹਾਂ ਨੇ ਸਾਡੇ ਹਰਿਮੰਦਰ ਸਾਹਿਬ 'ਚ ਗੋਲੀਆਂ ਮਾਰੀਆਂ, ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਟੈਂਕਾਂ ਦੇ ਨਾਲ ਢੇਰੀ ਕਰ ਦਿੱਤਾ ਢਾ ਕੇ, ਜਿਨ੍ਹਾਂ ਨੇ 84 ਦੇ ਵਿੱਚ ਸਾਡੇ ਹਜ਼ਾਰਾਂ ਦੀ ਤਾਦਾਦ ਵਿੱਚ ਬੱਚੇ ਬਜ਼ੁਰਗ ਨੌਜਵਾਨ ਬੀਬੀਆਂ ਸ਼ਹੀਦ ਕੀਤੀਆਂ ਵੱਖ ਵੱਖ ਸ਼ਹਿਰਾਂ ਦੇ ਵਿੱਚ, ਅੱਜ ਉਹ ਸਾਨੂੰ ਦੱਸ ਰਹੇ ਨੇ ਆਪਦੀ ਗੱਲ 'ਤੇ ਪਰਦਾ ਪਾਉਣ ਵਾਸਤੇ ਕਿਹੜਾ ਹਊਆ ਖੜਾ ਕਰ ਦਿੱਤਾ? ਕੌਣ ਆ ਰਣਜੀਤ ਸਿੰਘ? ਕਿਸੇ ਰਣਜੀਤ ਸਿੰਘ ਨੇ ਕੋਈ ਰਿਪੋਰਟ ਨਹੀਂ ਦਿੱਤੀ ਵਿੱਚ, ਉੱਥੇ ਬੋਲੀ ਗਏ ਨੇ, ਹੁਣ ਪਤਾ ਲੱਗੂਗਾ ਇਹਨਾਂ ਨੂੰ, ਹੁਣ ਪਤਾ ਲੱਗੂਗਾ ਇਹਨਾਂ ਨੂੰ ਕਿ ਮੈਦਾਨੇ ਜੰਗ ਵਿੱਚ ਕਿਵੇਂ ਆ। ਤੁਸੀਂ ਦੱਸੋ, ਤੁਸੀਂ ਤਾਂ ਵਾਅਦਾ ਕੀਤਾ ਸੀਗਾ ਵੀ ਅਸੀਂ ਕਰਜ਼ੇ ਮਾਫ਼ ਕਰ ਦਿਆਂਗੇ, ਤੁਸੀਂ ਵਾਅਦਾ ਕੀਤਾ ਸੀ ਸਮਾਰਟ ਪਰੂਫ ਟੈਲੀਫੋਨ ਦੇ ਦਿਆਂਗੇ ਨੌਜਵਾਨਾਂ ਨੂੰ, ਤੁਸੀਂ ਕਹਿ ਦਿੱਤਾ ਸੀ 51,000 ਸ਼ਗਨ ਸਕੀਮ ਦਿਆਂਗੇ, ਤੁਸੀਂ ਤਾਂ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਅਤੇ ਸੱਤਾ ਵਿੱਚ ਆਏ ਜੇ, ਹੁਣ ਲੋਕ ਤੁਹਾਡੇ ਜਵਾਬ ਪੁੱਛਦੇ ਨੇ ਅਤੇ ਤੁਸੀਂ ਉਲਟਾ ਝੂਠਾ ਹੀ ਪ੍ਰਚਾਰ, ਝੂਠਾ ਝੂਠਾ ਪ੍ਰਚਾਰ ਕੇ ਅਸੈਂਬਲੀ ਵਿੱਚ ਬੋਲ ਕੇ ਹੁਣ ਪਤਾ ਲੱਗੂਗਾ ਜੋ ਮੈਦਾਨੇ ਜੰਗ। ਤੁਸੀਂ ਕਹਿੰਦੇ ਜੱਖ ਨੂੰ ਮੈਂ ਪੁੱਛਣਾ ਚਾਹੁੰਦਾ, ਕਹਿੰਦਾ ਪਿੰਡਾਂ 'ਚ ਨਾ ਵੜ, ਤੁਹਾਨੂੰ ਨਹੀਂ ਪਿੰਡਾਂ 'ਚ ਵੰਡ ਦੇਣਾ, ਅਸੀਂ ਜਿਹੜੇ ਪਿੰਡ 'ਚ ਆਇਆ ਪਹਿਲਾਂ ਤੇਰੇ ਪਿੰਡ ਤੋਂ ਸ਼ੁਰੂ ਕਰਨਾ ਅਸੀਂ ਕੰਮ, ਅਸੀਂ ਲਲਕਾਰ ਦੇ ਤੀ ਆ ਪਹਿਲਾਂ ਜੱਖ ਦੇ ਪਿੰਡ ਤੋਂ ਸ਼ੁਰੂ ਕਰਾਂਗੇ, ਉਹਦੇ ਹਲਕੇ ਤੋਂ ਸ਼ੁਰੂ ਕਰਾਂਗੇ, ਇਹਨਾਂ 'ਚ ਜ਼ਮੀਰ ਹੀ ਨਹੀਂ ਕੋਈ। ਸਾਡੀ ਮੰਗ ਤਾਂ ਇਹ ਆ ਕਿ CBI ਇਨਕੁਆਇਰੀ ਕਰ ਰਹੀ ਆ ਔਰ ਕਿਸੇ ਮੌਜੂਦਾ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਥੱਲੇ ਇਨਕੁਆਇਰੀ ਹੋਣੀ ਚਾਹੀਦੀ ਆ। ਇਹ ਦੋਸ਼ੀ ਕੌਣ ਆ? ਕਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ? ਕਿਹਨਾਂ ਲੋਕਾਂ ਨੇ ਪੰਜਾਬ ਦੇ ਅਮਨ ਅਤੇ ਸ਼ਾਂਤੀ ਨੂੰ ਲਾਂਭੂ ਲਾਇਆ? ਕਿਹੜੇ ਅੱਜ ਪੰਜਾਬ ਦੇ ਅਮਨ ਅਤੇ ਸ਼ਾਂਤੀ ਨੂੰ ਆਮ ਲਾਂਭੂ ਲਾਉਣਾ ਚਾਹੁੰਦੇ ਆ? ਉਹ ਨੰਗੇ ਹੋ ਗਏ, ਚਾਹੇ ਉਹ ਆਮ ਆਦਮੀ ਪਾਰਟੀ ਵਾਲੇ ਆ, ਚਾਹੇ ਉਹ ਕਾਂਗਰਸ ਵਾਲੇ ਆ। ਔਰ ਕਾਂਗਰਸ ਕਹਿੰਦੀ ਆ, ਰਾਹੁਲ ਕਹਿੰਦਾ ਸਾਡਾ ਹੱਥ ਨਹੀਂ, ਤੇਰੇ ਬਾਪੂ ਨੇ ਕਿਹਾ ਸੀਗਾ ਕਿ ਜੋ ਬੜਾ ਦਰਖਤ ਡਿਗਟਾ ਹੈ ਧਰਤੀ ਹਿਲਤੀ ਹੈ ਕੰਬਤੀ ਹੈ, ਹੁਣ ਪਤਾ ਲੱਗੂ ਤੁਹਾਡੀ ਧਰਤੀ ਜਦੋਂ ਕੰਬਣ ਲੱਗੀ। ਰਣਜੀਤ ਸਿੰਘ ਦੀ ਰਿਪੋਰਟ 'ਚ ਹੈ ਕੁਛ ਨਹੀਂ, ਉਹ 'ਚ ਕਿਤੇ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਨਹੀਂ, ਉਹਦੇ 'ਚ ਕਿਤੇ ਵੀ ਕਿਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਨਹੀਂ, ਨਾ ਕਿਸੇ ਪੰਜਾਬ ਸਰਕਾਰ ਦਾ ਉਸ ਵੇਲੇ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਨਾਂ ਆ, ਨਾ ਸੁਖਬੀਰ ਸਿੰਘ ਬਾਦਲ ਦਾ ਨਾਂ ਆ। ਐਵੇਂ ਝੂਠਾ ਹੀ, ਐਵੇਂ ਝੂਠਾ ਹੀ ਪ੍ਰਚਾਰ, ਝੂਠੀਆਂ ਗੱਲਾਂ ਕਰ ਕਰਕੇ ਝੂਠ ਬੋਲ ਬੋਲ ਕੇ, ਜਿਵੇਂ ਪਹਿਲਾਂ ਆਪ ਦੋਸ਼ੀ ਨੇ ਗੁੜਕਾ ਫੜ ਕੇ ਹੱਥ 'ਚ ਆ ਦਸ਼ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਥਾਨ ਨਾਲ ਨੂੰ ਮੂੰਹ ਕਰਕੇ ਦਮਦਮ ਸਾਹਿਬ ਵਾਲੇ ਸਹੁੰ ਖਾਧੀ, ਅੱਜ ਤੁਸੀਂ ਦੋਸ਼ੀ ਜੇ, ਤੁਹਾਨੂੰ ਲੋਕ ਪੁੱਛਣਗੇ ਸਹੁੰ ਕਿਉਂ ਖਾਧੀ ਸੀ, ਤੁਹਾਡੇ ਅਸੀਂ ਲੋਕ ਗੱਲ ਪੈਣਗੇ। ਇਸ ਕਰਕੇ ਅਸੀਂ ਦੋਸ਼ੀ ਨਹੀਂ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਆਪਾਸ਼ਕ ਹਾਂ, ਅਸੀਂ ਗੋਲੀਆਂ ਅਸੀਂ ਜਾਨਾਂ ਡਾਂਗਾ ਖਾਧੀਆਂ, ਗੁਰੂ ਗ੍ਰੰਥ ਸਾਹਿਬ ਪਿੱਛੇ ਜੇਲ੍ਹਾਂ ਕੱਟੀਆਂ ਨੇ, ਅਸੀਂ ਗੁਰਦੁਆਰਿਆਂ ਦੀ ਆਜ਼ਾਦੀ ਲਈ ਸਾਡੇ ਵੱਡੇ ਵਡੇਰਿਆਂ ਨੇ ਅਸੀਂ ਬੜੀਆਂ ਜੇਲ੍ਹਾਂ ਕੱਟੀਆਂ, ਇਹਨਾਂ ਦੇ ਇੱਕ ਦਿਨ ਨਹੀਂ ਜੇਲ੍ਹ ਕੱਟੀ ਕਿਸੇ ਨੇ, ਅਤੇ ਅੱਜ ਆਪਦੇ ਪਰਦੇ ਪਾਉਣ ਲਈ ਆਪਦੇ ਗਲਤੀਆਂ ਦੇ ਪਰਦੇ ਪਾਉਣ ਵਾਸਤੇ ਸਭ ਕੁਝ ਕਰ ਰਹੇ ਹੋ। ਅੱਜ ਕਾਂਗਰਸ ਸਰਕਾਰ ਦੇ ਕੈਪਟਨ ਅਮਰਿੰਦਰ ਸਿੰਘ, ਰਾਹੁਲ ਗਾਂਧੀ, ਜਾਖੜ ਸਾਹਿਬ ਅਤੇ ਨਵਜੋਤ ਸਿੰਘ ਸਿੱਧੂ ਦਾ ਆਪਰੇਸ਼ਨ ਕੀਤਾ ਕਿਉਂਕਿ ਉਹਨਾਂ ਦਾ ਜਿਹੜਾ ਦਿਮਾਗ ਹਟ ਗਏ ਪੈਰ 'ਤੇ ਚਲਾ ਗਿਆ ਸੀ। ਅਸੀਂ ਬੜੀ ਕੋਸ਼ਿਸ਼ ਕੀਤੀ, ਮੈਂ ਅਤੇ ਰਣਜੀਤ ਸਿੰਘ ਢਿੱਲੋਂ ਸਾਹਿਬ ਨੇ ਅਤੇ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਨੇ ਵੀ ਸ਼ਾਇਦ ਉਹਨਾਂ ਦਾ ਇਲਾਜ ਹੋ ਜਾਵੇ, ਪਰ
ਜਦੋਂ ਸਿਆਣਿਆਂ ਦੇ ਮਾਹਿਰ ਇੱਥੇ ਖੜੇ ਸੀ ਉਹ ਕਹਿੰਦੇ ਵੀ ਇਹਨਾਂ ਦਾ ਕੋਈ ਇਲਾਜ ਨਹੀਂ, ਇਹਨਾਂ ਨੂੰ ਪੁੱਠੇ ਕਰਕੇ ਸਾੜ ਦਿੱਤਾ ਜਾਵੇ, ਇਹਨਾਂ ਦਾ ਇੱਕੋ ਇਲਾਜ ਹੈ। ਕਿਉਂ? ਕਿਉਂਕਿ ਮਾਈਕਲ ਅਡਵਾਇਰ ਵੇਲੇ ਜੋ ਅੰਗਰੇਜ਼ਾਂ ਨੇ ਸਾਡੇ ਨਾਲ ਕੀਤਾ ਪੰਜਾਬੀਆਂ ਨਾਲ, ਉਹੀ ਜਵਾਹਰ ਲਾਲ ਨਹਿਰੂ ਨੇ ਕੀਤਾ, ਉਹੀ ਇੰਦਰਾ ਅਤੇ ਰਾਜੀਵ ਗਾਂਧੀ ਨੇ ਕੀਤਾ, ਅਤੇ ਅੱਜ ਦੁਬਾਰਾ ਰਾਹੁਲ ਗਾਂਧੀ ਉਹੀ ਪੰਜਾਬ ਦੇ ਵਿੱਚ ਖੇਡ ਖੁੱਡੀ ਖੁੱਲ੍ਹੀ ਖੇਡ ਖੇਡਣਾ ਚਾਹੁੰਦੇ ਆ। ਉਹਨਾਂ ਨੇ ਕੀ ਕੀਤਾ? ਭਰਾ ਮਾਰੂ ਜੰਗ ਸ਼ੁਰੂ ਕਰਤੀ। ਅਸੀਂ ਜੇ ਮੰਨ ਲਓ ਮੈਂ ਅੱਜ ਕਿਸੇ ਦੀ ਪੱਗ ਲਾਈਏ ਅਤੇ ਕੱਲ੍ਹ ਨੂੰ ਕੋਈ ਉਹਦੇ ਘਰ ਜਾਵੇ ਪੱਗ ਲਾ ਲੂੰਗਾ, ਅਤੇ ਉਹਦੇ 'ਤੇ ਮੇਰੇ 'ਚ ਫਰਕ ਕੀ ਆ? ਇਹ ਸਿਰਫ ਭਰਾ ਮਾਰੂ ਜੰਗ ISI ਏਜੰਟਾਂ ਤੋਂ ਕੀਤੇ ਜਾ ਰਿਹਾ, ਜਿਹੜੇ ਹੁਣ ਵੀ ਦੋ ਤਿੰਨ ਬੰਦੇ ਆ ਕਹਿੰਦੇ ਜੰਮੂ ਕਸ਼ਮੀਰ ਤੋਂ ਭੇਜੇ ਹੋਏ ਬੰਦੇ ਸੀ। ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਹਨਾਂ ਦੇ ਹੱਥਾਂ 'ਚ ਨਾ ਖੇਡੋ, ਇਹ ਹਮੇਸ਼ਾ ਸਿੱਖਾਂ ਨੂੰ ਵੰਡਦੇ ਆਏ ਅਤੇ ਵੰਡ ਰਹੇ ਆ। ਪੰਜਾਬ ਦੇ ਹਿੰਦੂ ਸਿੱਖ ਏਕਤਾ ਦੇ ਕਾਤਲ ਆਏ। ਦੇਖੋ ਸਾਨੂੰ ਇੰਨਾ ਇਹ ਅੱਜ ਦੇ ਨਹੀਂ, 1920 ਤੋਂ ਅਕਾਲੀ ਦਲ ਚੱਲ ਰਿਹਾ, ਸਭ ਨਾਲ ਪੁਰਾਣੀ ਪਾਰਟੀ ਹੈ। ਗੱਲ ਇਹ ਆ ਵੀ ਹਮਲੇ ਹੁੰਦੇ ਆਏ ਆ, ਜੇਲ੍ਹਾਂ ਵੀ ਕੱਟੀਆਂ, ਸਾਰਾ ਕੁਝ ਕੀਤਾ। ਪੰਥ ਦੋਖੀ ਦੇ ਖਿਲਾਫ ਲੜਾਂਗੇ, ਜਿਹੜੇ ਅਸੀਂ ਕਾਂਗਰਸ ਦਾ ਪ੍ਰੋਟੈਸਟ ਕਰ ਰਹੇ ਹਾਂ। ਜੇ ਸਾਡੇ ਵਿੱਚ ਇੱਕ ਤੁੱਕਾ ਬੰਦਾ ਕੇ ਖਰਾਬ ਕਰਨ ਦੀ ਕੋਸ਼ਿਸ਼ ਕਰਦੇ, ਇਹਦਾ ਮਤਲਬ ਕਾਂਗਰਸ ਏਜੰਟ ਹੈ। ਸਾਨੂੰ ਦੱਸਣ ਦੀ ਲੋੜ ਨਹੀਂ ਕਿ ਕਾਂਗਰਸ ਦੇ ਭੇਜੇ ਬੰਦੇ ਪੈਸਾ ਨਾਲ ਭੇਜਦੇ ਆ, ਜੰਮੂ ਤੋਂ ਆਏ ਕਿੱਥੋਂ ਆਏ ਰੱਬ ਜਾਣਦਾ। ਪਰ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਚੋਲੇ ਪਾ ਕੇ, ਜਿਹੜੇ ਕਾਂਗਰਸ ਦੇ ਨਾਲ ਖੜੇ ਆ, ਜਿਹਨਾਂ ਦੇ ਹੱਥ ਖੂਨ ਖੂਨ ਨਾਲ ਰੰਗੇ ਹੋਏ। ਅਕਾਲੀ ਦਲ ਨੂੰ ਜਿਹੜਾ ਕਈ ਲੋਕ ਕਹਿ ਰਹੇ ਨੇ, ਬਿਆਨ ਆ ਰਹੇ ਨੇ, ਅਕਾਲੀ ਦਲ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ। ਉਹ ਜਾਖੜ ਸਾਹਿਬ ਦਾ ਜਵਾਬ ਦਿੱਤਾ 117 ਹਲਕਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪੁਤਲੇ ਸਾੜੇ ਆ, ਅਤੇ ਰੋਕ ਲੈਂਦੇ ਸਾਨੂੰ ਫਿਰ। ਅੱਜ ਰੋਕਿਓ ਗਿਆ, 2 ਤਰੀਕ ਨੂੰ ਅਬੋਹਰ ਦੇ ਵਿੱਚ ਉਹਨਾਂ ਦੀ ਰੈਲੀ ਕਰ ਰਹੇ ਹਾਂ, ਦਰਜ ਚਾੜ ਕੇ ਕਰਾਂਗੇ। ਜੇ ਉਹਨਾਂ 'ਚ ਦਮ ਹੈ ਤਾਂ ਰੋਕ ਲੈਣ, ਜੇ ਚੈਲੇਂਜ ਕਰਨਗੇ ਤਾਂ ਸਾਨੂੰ ਜਵਾਬ ਦੇਣ, ਕਿਉਂਕਿ ਪੰਜਾਬੀ ਚੈਲੇਂਜ ਦੇ ਵਿੱਚ ਪਿੱਛੇ ਨਹੀਂ ਹਟਦੇ। ਪਰ ਪਹਿਲਾਂ ਉਹ ਵਾਰ ਕਰਨਗੇ, ਦੂਜਾ ਵਾਰ ਤਾਂ ਸਾਡਾ। ਪੰਜਾਬ ਦੇ ਸ਼ਾਂਤ ਮਾਹੌਲ ਨੂੰ, ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜ ਕੇ ਹੋਸ਼ੀ ਰਾਜਨੀਤੀ ਕਰਕੇ ਪਾੜੋ ਅਤੇ ਰਾਜ ਕਰੋ ਜੋ ਅੰਗਰੇਜ਼ਾਂ ਤੋਂ ਇਹਨਾਂ ਨੇ ਸਿੱਖਿਆ, ਉਹਦੇ ਅਨੁਸਾਰ ਪੰਜਾਬ ਦੇ ਵਿੱਚ ISI ਦੇ ਇਸ਼ਾਰੇ ਦੇ ਉੱਤੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ, ਅਤੇ ਸਿੱਖ ਭਾਈਚਾਰੇ ਵਿੱਚ ਪਾੜ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ਾ ਕਰਕੇ ਆਪਣੀਆਂ ਮਨਮਾਨੀਆਂ ਕਮਾ ਕੇ ਇੱਥੇ 2020 ਰੈਫਰੈਂਡਮ ਜਿਹੜਾ ਉਹਨੂੰ ਲਾਗੂ ਕਰਨਾ ਚਾਹੁੰਦੇ ਨੇ। ਅਸੀਂ ਉਹਨਾਂ ਲੋਕਾਂ ਦਾ ਪੁਤਲਾ ਫੂਕ ਕੇ ਪੰਜਾਬ ਨੂੰ ਏਕਤਾ, ਇਤਫਾਕ, ਪਿਆਰ, ਭਾਈਚਾਰਾ ਜੋ ਇੱਥੇ ਮਜ਼ਬੂਤ ਆ ਉਹਨੂੰ ਹੋਰ ਮਜ਼ਬੂਤ ਕਰਨ ਦੇ ਲਈ ਅਸੀਂ ਲੋਕਾਂ ਨੂੰ ਅਪੀਲ ਕੀਤੀ ਹੈ। ਇਹ 2020 ਰੈਫਰੈਂਡਮ ਵਾਲੇ ISI ਦੇ ਏਜੰਟ ਨੇ, ਇਹ ਉਹਨਾਂ ਨੇ ਜਿਹੜਾ ਜਾਖੜ ਸਾਹਿਬ ਨੇ ਪਿਛਲੇ ਦਿਨੀ ਬਿਆਨ ਦਿੱਤਾ ਸੀ ਨਾ, ਪੰਜਾਬ ਦੇ ਲੋਕਾਂ ਨੂੰ ਭੜਕਾਇਆ ਸੀ, ਕਾਂਗਰਸ ਦੇ ਏਜੰਟਾਂ ਨੂੰ ਭੜਕਾਇਆ ਸੀ, ISI ਦੇ ਏਜੰਟਾਂ ਨੂੰ ਭੜਕਾਇਆ ਸੀ, ਇਹ ਉਹ ਲੋਕ ਸੀ, ਤਿੰਨ ਚਾਰ ਬੰਦੇ ਸੀ, ਇਹ ਉਹ ਲੋਕ ਸੀ ਜਿਹਨਾਂ ਨੂੰ ਭੜਕਾ ਕੇ ਭੇਜਿਆ ਗਿਆ ਕਾਂਗਰਸ ਵੱਲੋਂ, ISI ਵੱਲੋਂ, ਦਾਦੂਵਾਲ ਵੱਲੋਂ, ਤਾਂ ਜੋ ਪੰਜਾਬ ਦਾ ਜਿਹੜਾ ਸ਼ਾਂਤ, ਅਸੀਂ ਤਾਂ ਪਹਿਲਾਂ ਕਿਹਾ ਵੀ ਜੋ ਆਪਾਂ ਸੰਤਾਪ ਭੋਗਿਆ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਤੇ ਹਜ਼ਾਰਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਕੁਰਬਾਨੀਆਂ ਦੇ ਕੇ ਯਾਦ ਇਹਨੂੰ ਸ਼ਾਂਤ ਕੀਤਾ ਸੀ ਮਾਹੌਲ ਨੂੰ, ਇਹ ਅੱਜ ਦੁਬਾਰਾ ਉਸ ਵੱਲ ਨੂੰ ਸਾਨੂੰ ਧੱਕਣਾ ਚਾਹੁੰਦੇ ਨੇ, ਅਸੀਂ ਪਹਿਲਾਂ ਇਹ ਗੱਲ ਕਹਿ ਰਹੇ ਹਾਂ।